अल्लाह दोस्तों क्या हाल है मेरा नाम मोहम्मद उस्मान है आप देख स्मान ऑफिशल तो आज फार्मिंग के से रिलेटेड वीडियो बना रहा हूँ मैं यहाँ देखें भाई खड़े हैं रोड साथ गुजरा था साथ अपना घर है ये भाई भैंसें चला रहे थे तो इनका असल में काम यह है कि पछड़ा माल लेते हैं मतलब जो भैंस मतलब दूध देख सूख चुकी हो या बन बन गई हो कोई पाँच छः महीने की हो ਕਿਉਂਕਿ ਇਹ 11 ਮੰਥ ਕੀ ਪ੍ਰੈਗਨੈਂਟ ਜੋਤੀ ਉਸਦੇ ਬਾਅਦ ਜੀ ਬੱਚਾ ਦੇਤੀ ਹੈ ਤੋ ਇਸਮੇ ਕਿਤਨਾ ਪ੍ਰੋਫਿਟ ਹੈ ਕੀ ਹਿਸਾਬ ਕਿਤਾਬ ਹੈ ਤੋ ਇਸਕੇ ਅੰਦਰ ਕਮਤ ਤੋਂ ਕਮ ਇਹ 4-5 ਹੈ ਜੋ ਮੈਂ ਆਪਕੋ ਵੀ ਦਿਖਾਤਾ ਹੂੰ ਵਾਲੇਕਮ ਕੀ ਹਾਲ ਹੋ ਬਾਈ ਜਾਨ ਸਲਮ ਕੀ ਤੈ ਤੂਸੇ ਪਛੜੇ ਜਨਵਾਰ ਤੱਕ ਦਨ ਤੋ ਕੰਮ ਕਰ ਰਹੇ ਹੋ ਜੀ ਸਾਨੂੰ 5 ਸਾਲ ਹੋ ਗਏ ਤੇ ਕਿਹੜੇ ਇਲਾਕੇ ਤੋਂ ਮਾਲ ਲੈ ਕੇ ਆਂਦੇ ਹੋ ਐਸੀ ਇਲਾਕਾ ਕੁਝਰਾਣੇ ਚ ਲੈ ਕੇ ਆਂਦੇ ਹਾਂ ਅੱਛਾ ਕੁਝ ਨਾਲ ਲੈ ਤੋਂ ਆਂਦੇ ਹੋ ਤੇ ਕਿੰਨਾ ਟਾਈਮ ਆਪਣੇ ਕੋਲ ਰੱਖਦੇ ਹੋ ਇਹ ਜੀ 6 ਮਹੀਨੇ ਰੱਖਦੇ 90000 80000 ਦੀ ਮਾਝ ਲਈ ਦੀ ਪਛੜੇ ਅੱਛਾ ਤੇ ਨਾਲ ਕੋਈ ਕੱਟੀ ਕੱਟਾ ਵੀ ਹੁੰਦਾ ਹੈ ਜਾਂ ਜੀ ਜੀ ਅੰਜੇ ਲਈ ਦੀ ਹੈ ਤਿਆਰ ਕਰਕੇ ਫਿਰ 2 2.5 ਲੱਖ ਦੀ ਵੇਚੀ ਦੀ ਮਤਲਬ ਤੁਸੀਂ ਆਪਣਾ ਲੱਖ 1.5 ਰੁਪਏ ਆਰਾਮ ਨਾਲ ਖਮਾ ਲੈਂਦੇ ਹੋ ਤੇ ਐਡਾ ਸਾਵਾ ਵੀ ਕੋਈ ਨਹੀਂ ਆ ਵੇਖੋ ਤਦਨ ਚੈੱਕ ਕਰਾਂਦੇ ਚੁਰਾਈ ਕਰਾਂਦੇ ਨੇ ਤੇ ਕੋਈ ਨਾਲ ਬਾਕੀ ਪੱਠੇ ਛੱਠੇ ਪਾ ਦੇਣ ਤੇ ਲੱਖ ਰੁਪਈਆ ਕਮਾ ਲਿਆ ਨਹੀਂ ਮਿਹਨਤ ਵੀ ਕੋਈ ਨਹੀਂ ਸੇ ਕਰਦੇ ਠੀਕ ਹੋ ਗਿਆ ਤੇ ਡਾਡਾ ਨਾ ਕੀ ਆਪਣਾ ਥੋੜੇ ਇਲਾਕੇ ਦਾ ਤਾਰਫ ਹੀ ਪਹਿਲੋ ਕਰਾ ਦਿਓ ਨਹੀਂ ਨਾ ਮੇਰਾ ਕਮਰਾਨ ਹਸਨ ਹੈ ਅੱਛਾ ਸਾਡਾ ਮੰਡੀ ਬਾਬਦੀਨ ਤੇ ਕੋਈ ਭਾਈ ਅਗਰ ਲੈਣਾ ਚਾਵੇ ਤੇ ਉਹਨ ਲੈ ਕੇ ਦਿੰਦੇ ਹੋ ਕੋ ਰਾਪਤਾ ਕਰੇ ਡਾਡੇ ਨਾਲ ਤੇ ਨਹੀਂ ਲੈ ਕੇ ਦਿੰਨੇ ਆ ਪਛੜਾ ਮਾਲ ਠੀਕ ਹੋ ਗਿਆ ਤਾਂ ਕੋ ਮੈਂ ਇਹਨਾਂ ਕਾ ਨੰਬਰ ਦੰਦ ਦੇ ਦੇ ਸਾਂ ਅੱਛਾ ਤਾਂ ਮੈਂ ਇਹਨਾਂ ਕਾ ਨੰਬਰ ਦੇ ਦੂੰਗਾ ਤਾਂ ਆਪ ਇਹਨਾਂ ਸਰਾਪਤਾ ਵੀ ਕਰ ਸਕਤੇ ਹੈ तो क्योंकि मैं कुछ साहब बाद उदू में कर रहा हूँ कुछ पंजाबी में कर रहा हूँ तो माशा इनके ये जानवर हैं इसमें कुछ तैयार हैं कुछ इनके डेरे के उपरबे हुए हैं तो ये पाँच सात माशा कर रहे हैं काफ़ी इनके इलाके के अंदर नाम है कोई भी लेना चाहे तो इनके नंबर पर रब्ता करे ये भाई हैं इनके साथ इनके बड़े भाई होते हैं तो ये जानवर ख़रीद के लोगों को ले भी देते हैं कोई ये इनसे भी माल खरीदना खरीद सकता है डाडे को पूछ रहे हैं कि जेडे नौजवान बेरोज़गारी शिकवा करेंगे उन्होंने वास्तव है ये नौजवान पागल ना ठीक है ਸਾਡੇ ਕੋਲ ਆਨ ਅਸੀਂ ਮੱਝਾਂ ਲੈ ਕੇ ਦੇਵਾਂਗੇ ਇਸੇ ਤਰ੍ਹਾਂ ਕਰਨ ਠੀਕ ਹੈ ਪ੍ਰਾਫਿਟ ਤੋਂ ਬਾਅਦ ਜਿਹੜੇ ਪੈਸੇ ਭਰੇ ਹੋ ਨਿਕਾਲ ਕੋ ਤੋਂ ਕੋਈ ਨਾ ਕਰੋ ਲੈਣਾ ਚਾਹਤੇ ਭਾਈ ਦੱਸ ਰਹੇ ਸੀ ਕਿ ਲੱਖ ਰੁਪਿਆ ਲੈ ਆਣ ਅਸੀਂ ਉਹਨਾਂ ਨੂੰ ਜਨਵਰ ਖਰੀਦ ਕੇ ਦੇਾਂਗੇ ਇਥੋਂ ਜੀ ਇਨਸ਼ਾਅੱਲਾ ਖਰੀਦ ਕੇ ਦੇਾਂਗੇ ਤਾਂ ਨਹੀਂ ਤੇ ਉਹ ਇੱਥੇ ਵੀ ਕਾਫੀ ਜਗ੍ਹਾ ਹੈਨ ਸ਼ਹਿਰ ਵਿੱਚ ਜਿੱਥੇ ਉਹ ਆਪਣਾ ਮਾਲ ਕਿਰਾਏ ਤੇ ਜਗ੍ਹਾ ਤੇ ਲੈ ਕੇ ਰੱਖ ਸਕਦੇ ਨੇ ਤੋਂ ਦੇਸੀ ਪੈਸਾ ਕਮਾ ਸਕਦੇ ਨੇ ਜੀ ਕਮਾ ਸਕਦੇ ਨੇ ਅਸੀਂ ਲੱਖ ਨਾਲ 10 ਲੱਖ ਰੁਪਿਆ ਕਮਾ ਸਕਦੇ ਹਾਂ ਬਿਲਕੁਲ डे एक सवाल आखिरी रह गया जानवर से खर्चा कितना आ जाता है वही मतलब अपना माहौल है ना ने ना। ना अपने न्ठे होते अपना सारा कुछ होता है मतलब फ्री का ग्रां का ही माहौल है शहर बच्चे जी उत भी बचत है वही ना खाली तक जगह किराया देना बाकी देना लेकिन छे महीने बाद उसे ज़्यादा कर लेने इस नस्बत ओके अल्लाह हाफिज